ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਡਾਕਟਰ ਰਵਿੰਦਰ ਕੌਰ ਡਿੰਪਲ, ਯੂਅਰ ਡਾਕਟਰ ਆਫ ਲਾਈਫ, ਇੱਕ ਵਾਰੀ ਫਿਰ ਤੋਂ ਹਾਜ਼ਰ ਹੈ ਜੀ। ਅੱਜ ਮੈਂ ਇੱਕ ਹੈਲਥ ਟਿਪ ਲੈ ਕੇ ਆਈ ਹਾਂ। ਹੈਲਥ ਟਿਪ ਹੈ ਕਿ ਤੁਸੀਂ ਅੱਜ ਕੱਲ੍ਹ ਸੁਣਿਆ ਹੋਣਾ ਕਿ ਲੋਕਾਂ ਦੀਆਂ ਕਰੋਨਾ ਦੀਆਂ ਰਿਪੋਰਟਸ ਨੈਗੇਟਿਵ ਵੀ ਆ ਰਹੀਆਂ, ਉਹ ਕਿਸ ਤਰ੍ਹਾਂ ਆ ਰਹੀਆਂ ਨੇ। ਇੱਕ ਤਾਂ ਦੇਖੋ, ਇੱਕ ਸੋਸ਼ਲ ਡਿਸਟੈਂਸਿੰਗ ਤੁਸੀਂ ਮੇਨਟੇਨ ਕਰ ਰਹੇ ਹੋ ਔਰ ਮਾਸਕ ਲਗਾ ਕੇ ਬਾਹਰ ਨਿਕਲਦੇ ਹੋ, ਪਲੱਸ ਤੁਸੀਂ ਜਿਹੜਾ ਹੈ ਕਿ ਹੈਂਡ ਰਬ ਐਲਕੋਹਲ ਵਾਲਾ ਯੂਜ਼ ਕਰ ਰਹੇ ਹੋ। ਇਸ ਤੋਂ ਇਲਾਵਾ ਆਪਾਂ ਡਾਇਟ ਵਿੱਚ ਵੀ ਕੁਝ ਚੇਂਜਿਸ ਲੈ ਕੇ ਆਉਣੀਆਂ ਨੇ। ਡਾਇਟ ਵਿੱਚ ਉਹ ਕਿਹੜੀਆਂ ਚੇਂਜਿਸ ਹੈਗੀਆਂ ਨੇ ਜਿਹਦੇ ਨਾਲ ਕਿ ਦੇਖੋ ਇਮਿਊਨਿਟੀ ਵਧੇ? ਮੇਨ ਪਾਰਟ ਤਾਂ ਇਹ ਨਾ, ਇਮਿਊਨਿਟੀ ਜਦੋਂ ਵਧੇਗੀ ਤਾਂ ਉਦੋਂ ਹੀ ਕਰੋਨਾ ਦੀ ਰਿਪੋਰਟ ਮਾਈਨਸ ਆਉਂਦੀ ਹੈ, ਠੀਕ ਹੈ। ਕਰੋਨਾ ਟੈਸਟ ਦੀ ਜਿਹੜੀ ਰਿਪੋਰਟਸ ਆਪਾਂ ਕਰਵਾਉਂਦੇ ਹਾਂ ਉਹਦੇ ਵਿੱਚ ਇਹ ਕਿ ਸਭ ਤੋਂ ਪਹਿਲੇ ਤਾਂ ਤੁਸੀਂ ਅਗਰ ਹੋ ਸਕੇ ਤਾਂ ਗਰਮ ਪਾਣੀ ਪੀਣਾ ਸ਼ੁਰੂ ਕਰ ਦਿਓ। ਮੈਨੂੰ ਪਤਾ ਗਰਮੀ ਹੈ, ਬਹੁਤ ਮੁਸ਼ਕਿਲ ਹੁੰਦਾ, ਪਰ ਮੈਂ ਵੀ ਇਹ ਹੈਬਿਟ ਬਣਾ ਲਈ ਹੈ, ਠੀਕ ਹੈ। ਨੰਬਰ ਟੂ, ਜਿਹੜਾ ਵਿਟਾਮਿਨ ਸੀ ਹੈ ਨਾ, ਉਹ ਇਮਿਊਨਿਟੀ ਨੂੰ ਵਧਾਉਂਦਾ ਹੈ। ਵਿਟਾਮਿਨ ਸੀ ਜਿਸ ਤਰ੍ਹਾਂ ਕਿ ਤੁਸੀਂ ਲੈਮਨ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰੋ, ਕੀਨੂ ਦਾ ਜੂਸ ਹੋ ਗਿਆ, ਔਰੇਂਜ ਜੂਸ ਹੋ ਗਿਆ, ਉਹ ਜ਼ਿਆਦਾ ਤੋਂ ਜ਼ਿਆਦਾ ਆਪਣੀ ਡਾਇਟ ਵਿੱਚ ਸ਼ਾਮਿਲ ਕਰੋ। ਔਰ ਤੀਸਰੀ ਇੱਕ ਚੀਜ਼ ਹੈਗੀ ਹੈ, ਬਹੁਤ ਇੰਪੋਰਟੈਂਟ ਹੈਗੀ, ਉਹ ਹੈ ਕੋਕੋਨਟ ਵਾਟਰ। ਜਿਹੜਾ ਕੋਕੋਨਟ ਵਾਟਰ ਹੈ ਨਾ, ਉਹ ਐਂਟੀ ਆਕਸੀਡੈਂਟ ਹੁੰਦਾ, ਅਤੇ ਇਸ